वेलकम बैक इन आवर प्रोग्राम जी डॉक्टर साहब ਸਾਡੇ ਸਵਾਲ ਵਾਂ ਦਾ ਸੈਸ਼ਨ ਵਿੱਚ ਅਸੀਂ ਆਪਣਾ ਪਹਿਲਾ ਸਵਾਲ ਪੜ੍ਹਦੇ ਹਾਂ ਗਿਆਨਪੀਠ ਇਨਾਮ ਜਿਹੜਾ ਡਾਕਟਰ ਅਨੰਤ ਮੂਰਤੀ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਤਾਂ ਉਹ ਦੇਸ਼ ਛੱਡ ਕੇ ਚਲੇ ਜਾਣਗੇ ਜੀ ਡਾਕਟਰ ਸਾਹਿਬ ਦੇਖੋ ਗਿਆਨਪੀਠ ਐਵਾਰਡ ਇੱਕ ਬੜਾ ਪ੍ਰੈਸਟੀਜੀਅਸ ਐਵਾਰਡ ਹੈ ਸਾਊਥ ਏਸ਼ੀਅਨ ਕੰਟੈਕਸਟ ਐਟ ਲੀਸਟ ਔਰ ਇਹਨਾਂ ਦੇ ਵਿੱਚ ਵੀ ਇਹ ਕੰਨੜ ਜ਼ੁਬਾਨ ਦੇ ਲੇਖਕ ਨੇ ਕੰਨੜ ਜ਼ੁਬਾਨ ਕਰਨਾਟਕਾ ਦੇ ਵਿੱਚ ਮੁੱਖ ਤੌਰ ਤੇ ਬੋਲੀ ਜਾਂਦੀ ਹੈ ਜੀ ਤੇ ਇਹਨਾਂ ਦਾ ਪੂਰਾ ਨਾਮ ਡਾਕਟਰ ਯੂ ਆਰ ਅਨੰਤ ਆ ਹੈ ਔਰ ਇਹਨਾਂ ਨੇ ਇਹ ਗੱਲ ਬੜੀ ਆਨੰਦ ਮੂਰਤੀ ਯੂ ਆਰ ਅਨੰਤ ਮੂਰਤੀ ਜੀ ਦੇਖੋ ਇਹ ਵੀ ਮੈਂ ਸਮਝਦਾ ਵੀ ਕੁਝ ਚੀਜ਼ਾਂ ਇਤਿਹਾਸਕ ਜਿਹੜੀ ਅ ਰੁਤਬਾ ਰੱਖਦੀਆਂ ਨੇ ਜੀ ਹੁਣ ਅੱਜ ਜਦੋਂ ਕਿ ਭਾਰਤ ਦਾ ਕਾਰਪੋਰੇਟ ਇੰਡੀਆ ਸਾਰੀ ਵੱਡੀ ਇੰਡਸਟਰੀ ਭਾਵੇਂ ਉਹ Hindu ਕਾਰਖਾਨੇਦਾਰ ਨੇ ਜਾਂ even Parsi ਨੇ ਕਿਉਂਕਿ ਉਹ ਵੀ ਦੇਖਦੇ ਨੇ ਮੈਨੂੰ ਕਹਿੰਦੇ ਨੇ ਕਿ ਵੀ ਦੇਸ ਮੈਲ ਦਾ منی ਪੈਸਾ ਕਿੱਥੇ ਹੈ ਜੀ ਜੀ ਹੁਣ ਜੇ ਟਾਟੇ ਵਾਲਿਆਂ ਨੂੰ ਸਿੰਗੂਰ ਦੇ ਵਿੱਚ ਉਹਨੇ ਨਹੀਂ ਲਾਣ ਦਿੱਤਾ ਛੋਟੀਆਂ ਕਾਰਾਂ ਦਾ ਕਾਰਖਾਨਾ ਜੀ ਲੋਕਾਂ ਨੇ ਉੱਥੇ ਕਿਸਾਨਾਂ ਨੇ ਵਿਦਰੋਹ ਕੀਤਾ ਮਮਤਾ ਬਿਨਰਜੀ ਨੇ ਸਟੈਂਡ ਲਿਆ ਜੀ ਤੇ ਮੋਦੀ ਉਹਨੂੰ ਰਾਤੋਂ ਰਾਤ ਲੈ ਆਇਆ ਗੁਜਰਾਤ ਦੇ ਵਿੱਚ ਉਹਨੂੰ ਭੁੱਲ ਗਿਆ ਕਿ ਵੀ ਇਸੇ ਗੁਜਰਾਤ ਤੇ ਮੋਦੀ ਨੇ ਕੀ ਕੀਤਾ ਹੋਇਆ ਉਕੇ کارਖਾਨੇਦਾਰ ਜਿਹੜਾ ਵਪਾਰੀ ਹੈ ਉਹਦਾ ਧਰਮ ਉਹਦਾ ਈਮਾਨ ਉਹਦਾ ਰੱਬ ਉਹਦੇ ਭਰਾ ਉਹਦੀ ਭੈਣ ਪੈਸਾ ਹੀ ਹੈ ਪੈਸੇ ਤੋਂ ਬਿਨਾ ਉਹਨੂੰ ਕੁਝ ਨਹੀਂ ਨਜ਼ਰ ਆਉਂਦਾ ਜੀ ਔਰ ਇਹੀ ਕਾਰਨ ਹੈ ਕਿ ਗੁਰੂ ਸਾਹਿਬ ਨੇ ਜਦੋਂ ਇਹ ਫਰਮਾਇਆ ਕਿ ਮਾਇਆ ਧਾਰੀ ਅਤ ਅਨਾ ਬੋਲਾ ਜਿਹੜਾ ਇੱਕ ਮਾੜਾ ਮੋਟਾ ਅਨਾ ਹੁੰਦਾ ਜਾਂ ਮਾੜਾ ਮੋਟਾ ਬੋਲਾ ਹੁੰਦਾ ਅਤ ਦਾ ਹੁੰਦਾ ਜੀ ਵੀ ਇਹਨਾਂ ਨੂੰ ਕਿਸੇ ਕੋਈ ਗੱਲ ਸੁਣਦੀ ਨਹੀਂ ਜੀ ਜੀ ਸੋ ਉਹ ਉਹਦੇ ਪਿੱਛੇ ਲੱਗੇ ਨੇ ਇਲੈਕਟ੍ਰੋਨਿਕ মিডিਆ ਉਹਨਾਂ ਦਾ ਜ਼ਰ ਖਰੀਦ ਹੈ ਸੋ ਇਹ ਬਹਾਦਰ ਲੋਕ ਨੇ ਇਹ ਹਿਸਟਰੀ ਸਿਰਜ ਰਹੇ ਨੇ ਜਿਹੜੇ ਠੀਕ ਵੇਲੇ ਤੇ ਆਵਾਜ਼ ਉਠਾ ਰਹੇ ਨੇ ਔਰ ਇਹ ਗੱਲ ਕਹਿਣਾ ਇੱਕ ਐਸਟੈਬਲਿਸ਼ਡ ਲਖਾਰੀ ਦਾ ਗਿਆਨਪੀਠ ਅਵਾਰਡ winner ਦਾ ਕਿ ਜੇ ਪ੍ਰਧਾਨ ਮੰਤਰੀ ਬਣਿਆ ਤਾਂ ਮੈਂ ਦੇਸ਼ ਛੱਡ ਕੇ ਚਲਾ ਜਾਵਾਂਗਾ ਔਰ ਫਿਰ ਉਹਨੇ ਉਹਦਾ ਰੀਜ਼ਨ ਦਿੱਤਾ ਉਹਨੇ ਕਿਹਾ ਵੀ ਉਹੀ ਦੇਸ਼ ਉਹੀ ਸਭਿਤਾ ਸਰਵਾਈਵ ਕਰਦੀ ਹੈ ਜਿੱਥੇ ਵੈਲਿਊਜ਼ ਆਫ ਟੋਲਰੈਂਸ ਨੇ ਜੀ ਸਹਿਨਸ਼ੀਲਤਾ ਇੱਕ ਦੂਸਰੇ ਪ੍ਰਤੀ ਜਿਹੜਾ ਇੱਕ ਦੂਸਰੇ ਦੇ ਵਿਚਾਰਾਂ ਦਾ ਸਤਕਾਰ ਕਰਨਾ ਜੀ ਇਹ ਤਾਂ ਇਹਨੇ ਜੋ ਗੁਜਰਾਤ ਦੇ ਵਿੱਚ ਕੀਤਾ ਉਹਦਾ ਇਹਨੂੰ ਪਛਤਾਵਾ ਨਹੀਂ ਹੈ ਇਹਦੇ ਹੱਥ ਤੋਂ ਤੁਸੀਂ ਦੇਸ਼ ਦੀ ਵਾਗਡੋਰ ਦਿਓਗੇ ਇੱਥੇ ਬੁਰਾ ਹਾਲ ਹੋ ਜਾਏਗਾ ਇਹ ਸਾਰਾ ਜਿਸ ਗੱਲ ਦੇ ਲਈ ਮਾੜੀ-ਮੋਟੀ ਇਸ ਸਭਿਅਤਾ ਦੀ ਪਿਛਲੇ ਸਮੇਂ ਦੇ ਵਿੱਚ ਗੱਲ ਰਹੀ ਹੈ ਉਹ ਵੀ ਖਤਮ ਹੋ ਜਾਏਗੀ ਜੀ ਜੀ ਸੋ ਅਸੀਂ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਵੀ ਅਨੰਤ ਮੂਰਤੀ ਦਾ ਨੂੰ ਵੀ ਐਡਮਾਇਰ ਕਰਦੇ ਹਾਂ ਜੀ ਔਰ ਜਿਨ੍ਹਾਂ ਲੇਖਕਾਂ ਨੇ ਉਹਨਾਂ ਦੇ ਨਾਲ ਇਸ ਉਹਨਾਂ ਦੇ ਸਟੈਂਡ ਦੀ ਹਮਾਇਤ ਕੀਤੀ ਹੈ ਉਹਨਾਂ ਚ ਵੀ रामचंद्रਪਾ ਤੇ ਮੁਰਲਾਸ਼ੀ ਦੱਪਾ ਜੜੇ ਨੇ ਇਹ ਸ਼ਾਮਲ ਨੇ ਜੀ ਜੀ ਹਾਲਾਂਕਿ ਬੀਜੇਪੀ ਨੂੰ ਬਹੁਤ ਤਕਲੀਫ ਹੋਈ ਹੈ ਇਸ ਬਿਆਨ ਤੋਂ ਕਿਸੇ ਨੇ ਕਿਹਾ ਬੀਜੇਪੀ ਆੜ ਨੇ ਜੀ ਇਹ ਕਾਂਗਰਸ ਦਾ ਪਿਛ ਲੱਗ ਗਿਆ ਕਿ ਉਹਨੇ ਕਿਹਾ ਮੈਂ ਕਿਸੇ ਦਾ ਪਿਛ ਲੱਗ ਨਹੀਂ ਮੈਂ ਇੰਦਰਾ ਗਾਂਧੀ ਦੀਆਂ ਜਿਹੜੀਆਂ ਗਲਤ ਨੀਤੀਆਂ ਸੀ ਉਹਨੂੰ ਵੀ ਕ੍ਰਿਟਸਾਈਜ਼ ਕੀਤਾ ਸੀ ਪਰ ਜੇ ਇਹ ਪ੍ਰਧਾਨ ਮੰਤਰੀ ਬਣਿਆ ਤਾਂ ਮੈਂ ਦੇਸ਼ ਛੱਡ ਜਾਵਾਂਗਾ ਫਿਰ ਮੈਂ ਇਸ ਦੇਸ਼ 'ਚ ਨਹੀਂ ਰਹਿਣਾ ਜੀ ਜੀ ਸੋ ਇਹ ਰਿਮਾਰਕੇਬਲ ਹਿਸਟੋਰੀਕਲ ਜੀ ਜੀ ਸਟੇਟਮੈਂਟ ਹੈ ਜੀ ਸਾਡਾ ਅਗਲਾ ਸਵਾਲ ਹੈ ਨਿਊਯਾਰਕ ਦੀ ਪੁਲਿਸ ਨੇ ਸਾਰੀਆਂ ਮਸੀਤਾਂ ਨੂੰ ਇੱਕ دہشت ਗਰਦ ਗਰੁੱਪ ਵਜੂ ਲੇਬਲ ਕੀਤਾ ਹੋਇਆ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਦੇਖੋ ਕਈ ਵਾਰ ਕਈ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਨੇ ਫਿਰ ਪਤਾ ਲੱਗਦਾ ਹੈ ਕਿ ਵੀ ਕਿਵੇਂ ਜੜੀਆਂ ਏਜੰਸੀਆਂ ਨੇ ਉਹ ਕੰਮ ਕਰਦੀਆਂ ਜੀ ਹੁਣ ਇਸ ਖਬਰ ਆਈ ਨੂੰ ਕਈ ਦਿਨ ਹੋ ਗਏ ਕੋਈ ਕੱਲ ਦੀ ਖਬਰ ਨਹੀਂ ਹੈ ਪਰ ਮੈਂ ਇਸ ਲਈ ਨੂੰ ਲੇਟ ਤੱਕ ਰੱਖਿਆ ਮੈਂ ਚਾਹੁੰਦਾ ਸੀ ਵੀ ਕੋਈ ਨਾ ਕੋਈ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੀ ਇਹਦੇ ਤੇ ਟਿੱਪਣੀ ਆਏ ਜਾਂ ਉਹਨੂੰ ਡਿਨਾਈ ਕਰਨ ਜਾਂ ਉਹਨੂੰ ਸਪੋਰਟ ਕਰਨ ਪਰ ਇਹ ਕੁਝ ਨਹੀਂ ਆਇਆ ਫਿਰ ਮੈਂ ਸੋਚਿਆ ਵੀ ਨਹੀਂ ਇਹ ਜਿਹੜੀ ਹੈ ਨਿਊਜ਼ ਵਰਥ ਡਿਸਕਸਿੰਗ ਹੈ ਜੀ ਹੁਣ ਉਹਨਾਂ ਨੇ ਇੱਕ ਜਿਹੜਾ ਇਹਨੂੰ ਡਿਸਕ੍ਰਾਈਬ ਕੀਤਾ ਹੈ ਮਾਸਕ ਨੂੰ ਟੈਰੋਰੀਜ਼ਮ ਟਰਪਰਾਇਜ਼ ਇਨਵੈਸਟੀਗੇਸ਼ਨਸ ਇਹ ਉਹਨਾਂ ਦਾ ਬੇਸਿਕਲੀ ਆਧਾਰ ਹੈ ਜੀ ਹੁਣ ਜਦੋਂ ਤੁਸੀਂ ਹਰ ਮਸਜਿਦ ਨੂੰ ਜਿਹੜੀ ਨਿਊਯਾਰਕ ਸਟੇਟ ਚ ਉਹਨੂੰ ਤੁਸੀਂ ਡਿਕਲੇਅਰ ਕਰ ਦਿੱਤਾ ਵੀ ਇਹ دہشتਗਰਦ ਗਰੁੱਪ ਹੈ ਜੀ ਜੀ ਉਹਦੇ ਥੱਲੇ ਤੁਹਾਨੂੰ ਕਾਨੂੰਨੀ ਹੱਕ ਮਿਲ ਜਾਂਦਾ ਹੈ ਕਿ ਤੁਸੀਂ ਉਹਨਾਂ ਦੀ ਸਾਰੀ ਕਾਰਵਾਈ ਮਸਜਿਦ ਦੀ ਜਿਹੜੀ ਹੈ ਉਹਨੂੰ ਤੁਸੀਂ ਰਿਕਾਰਡ ਕਰ ਸਕਦੇ ਹੋ ਜੀ ਜਿਹੜੇ ਇਮਾਮ ਨੇ ਜਿਹੜੇ ਸਰਮਨ ਦੇ ਰਹੇ ਨੇ ਖੁਤਬਾ ਦੇ ਰਹੇ ਨੇ ਜੀ ਉਹਨਾਂ ਦੇ ਤੁਸੀਂ ਰਿਕਾਰਡਿੰਗ ਕਰਦੇ ਹੋ ਜਿਹੜੇ ਉੱਥੇ ਆਂਦੇ ਨੇ ਨਮਾਜ਼ ਪੜਨ ਤੁਸੀਂ ਉਹਨਾਂ ਦੇ ਘਰਾਂ 'ਚ ਵੀ ਸਪਾਈ ਕਰ ਸਕਦੇ ਹੋ ਹਾਲਾਂਕਿ ਇਹ ਸ਼ਾਇਦ 2011 ਤੋਂ ਬਾਅਦ 911 ਤੋਂ ਬਾਅਦ ਹੀ 10 ਸਾਲ ਤੋਂ ਚੱਲ ਰਿਹਾ ਹੈ ਔਰ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਕਿ ਜਿਹਦੇ ਵਿੱਚ ਨਿਊਯਾਰਕ ਪੁਲਿਸ ਨੇ کیا ਹੋਏ ਜੀ ਫਲਾਣੀ ਮਸਜਿਦ ਦਾ ਇਮਾਮ ਜਾਂ ਫਲਾਣੀ ਮਸਜਿਦ ਤੇ ਉਹਨਾਂ ਨੇ ਕੋਈ ਅਮਰੀਕਾ ਦੇ ਹਿੱਤਾਂ ਦੇ ਖਿਲਾਫ ਕੋਈ ਯੋਜਨਾ ਬਣਾਈ ਜਾਂ ਉਹਨੂੰ ਲਾਗੂ ਕੀਤਾ ਗਿਆ ਜੀ ਹੁਣ ਉਹਦੇ 'ਚ ਜੇ ਤੁਸੀਂ ਹਰ ਪ੍ਰੇਅਰ ਅਟੈਂਡ ਕਰਨ ਵਾਲਿਆਂ ਨੂੰ ਪੋਟੈਂਸ਼ੀਅਲ ਸੋਰਸ ਆਫ ਇਨਵੈਸਟੀਗੇਸ਼ਨ ਕਹਿੰਦੇ ਹੋ ਜਾਂ ਤੁਸੀਂ ਆਪਣੀ ਗੇਮ ਫॉर ਸਰਵੇਲੈਂਸ ਦੇ ਥੱਲੇ ਉਹਨਾਂ ਨੂੰ ਲਿਆਉਂਦੇ ਹੋ ਤੇ ਮੈਂ ਸਮਝਦਾ ਕਿ ਵੀ ਇਹ ਇੱਕ ਡਿਸਗਰੇਸਫੁਲ ਗੱਲ ਹੈ ਔਰ ਇਹ ਠੀਕ ਹੈ ਵੀ ਅਸੀਂ ਖੁਦ ਹੇਟ ਕਰਾਈਮ ਦਾ ਸ਼ਿਕਾਰ ਹੋ ਰਹੇ ਹਾਂ ਜੋ ਪ੍ਰੋਫੈਸਰ ਦਿਨਾਲ ਹੋਇਆ ਜਿਨ੍ਹਾਂ ਦਾ ਜ਼ਿਕਰ ਅਸੀਂ ਕੱਲ ਕੀਤਾ ਸੀ ਹੋਰ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਨੇ ਪਰ ਇਹਦੇ باوجود ਇੱਕ ਸਿੱਖ ਹੋਣ ਦੇ ਨਾਤੇ ਮੁਸਲਮਾਨ ਹੋਵੇ ਈਸਾਈ ਹੋਵੇ ਹਿੰਦੂ ਹੋਵੇ ਬੋਧੀ ਹੋਵੇ ਜੇ ਕਿਸੇ ਦੇ ਵੀ ਧਾਰਮਿਕ ਹੱਕਾਂ ਤੇ ਹਿੱਤਾਂ ਤੇ ਜਾਂ ਕਿਸੇ ਤੇ ਸਿਰਫ ਇਸ ਕਰਕੇ ਕੋਈ ਸ਼ੱਕ ਕੋਈ ਨਫ਼ਰਤ ਕੋਈ ਹੋਏਗਾ ਕਿ ਜੀ ਉਹਦਾ ਕੋਈ ਹੋਰ ਧਰਮ ਨਾਲ ਸੰਬੰਧ ਹੈ ਤੇ ਅਸੀਂ ਇਹ ਨਾ ਬੋਲਾਂਗੇ ਫਿਰ ਅਸੀਂ ਸਿੱਖ ਦੇ ਨਾਤੇ ਆਪਣਾ ਫਰਜ਼ ਨਹੀਂ ਨਿਭਾ ਰਹੇ ਸੋ ਮੈਂ ਸਮਝਦਾ ਹਾਂ ਵੀ ਅਸੀਂ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੀ ਇਸ ਨੀਤੀ ਦੀ ਜ਼ੋਰਦਾਰ ਨਖੇਦੀ ਕਰਦੇ ਹਾਂ ਔਰ ਅਸੀਂ ਇਹ ਕਹਿੰਦੇ ਹਾਂ ਵੀ ਉਹ ਆਪਣੀ ਗਲਤੀ ਨੂੰ ਸੁਧਾਰਨ 10 ਸਾਲ ਚ ਜੇ ਆਪਣੀ ਇਹ ਨੀਤੀ ਲਾਗੂ ਕਰਕੇ ਵੀ ਉਹਨਾਂ ਨੂੰ ਕੋਈ ਸਬੂਤ ਨਹੀਂ ਮਿਲਿਆ ਤੇ ਜ਼ਾਹਰ ਹੈ ਕਿ ਉਹ ਉਹਨਾਂ ਦੀ ਧਾਰਮਿਕ ਆਜ਼ਾਦੀ ਮਸੀਤਾਂ ਮਸੀਤ ਚ ਉਹਨਾਂ ਨੇ ਪ੍ਰੇਅਰ ਕਰਨੀ ਹੈ ਉਹਨਾਂ ਦੀ ਪ੍ਰਾਈਵੇਸੀ ਆ ਤੁਸੀਂ ਉਹਨਾਂ ਦੇ ਘਰਾਂ ਚ ਜਾ ਕੇ ਨਾ ਵੜੋ ਉਹਨਾਂ ਦੇ ਬੈਡਰੂਮਾਂ ਚ ਉਹਨਾਂ ਦੇ ਫੋਨਾਂ ਚ ਬਗ ਨਾ ਲਾਓ ਕਿਉਂਕਿ ਇਹ ਜਿਹੜਾ ਉਹਨਾਂ ਨੂੰ دہشتਗਰਦ ਗਰੁੱਪ ਐਲਾਨਣੇ ਇਹ ਜਿਹੜਾ ਇਹ ਹੱਕ ਦੇ ਦਿੰਦਾ ਉਹਨਾਂ ਨੂੰ ਕਾਨੂੰਨੀ ਤੌਰ ਤੇ ਕਿ ਉਹ ਸਪਾਈਂਗ ਰਿਕਾਰਡਿੰਗ ਇਨਫਿਲਟ੍ਰੇਸ਼ਨ ਬੱਗਿੰਗ ਇਹ ਸਾਰਾ ਕੁਝ ਕਰ ਸਕਦੇ ਨੇ ਸੋ ਅਸੀਂ ਇਸ ਦੀ ਨਖੇਦੀ ਕਰਦੇ ਹਾਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਵਾ 12 ਦੇ ਜੋ ਸਾਡੇ ਦਰਸ਼ਕਾਂ ਨਾਲ ਸੰਜੇ ਕੀਤੇ ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅ ਅੱਜ ਦੇ ਵਿਚਾਰ ਲਈ ਅਸੀਂ ਪਾਈ ਗੁਰਦਾਸ ਜੀ ਦੇ ਕਵਿਤ ਨੰਬਰ 25 ਨੂੰ ਚੁਣਿਆ ਜੀ ਅ ਇਸ ਦੇ ਵਿੱਚ ਉਹਨਾਂ ਨੇ ਇਹ ਜ਼ਾਰ ਕੀਤਾ ਹੈ ਇਹ ਬਿਆਨ ਹੈ ਕਿ ਕਿਵੇਂ ਨਿਰੰਕਾਰ ਦੇ ਉੱਤੇ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਆਪਾਂ ਨਿਰੰਕਾਰ ਨੂੰ ਦਿੰਦੇ ਹਾਂ ਤਾਂ ਕੀ ਤਬਦੀਲੀ ਹੁੰਦੀ ਜੀ ਗੁਰਮਤ ਸਤ ਕਰ ਅਧਮ ਸਾਧ ਸਾਧ ਗੁਰਮਤ ਸਤ ਕਰ ਜੰਤ ਸੰਤ ਨਾਮ ਹੈ ਗੁਰਮਤ ਸਤ ਕਰ ਅਬਿ ਅਬਿਵੇਕੀ ਹੋਏ ਵਿਵੇਕੀ ਗੁਰਮਤ ਸਤ ਕਰ ਕਾਮ ਨਹਿ ਕਾਮ ਹੈ ਗੁਰਮਤ ਸਤ ਕਰ ਅਗਿਆਨੀ ਬ੍ਰह्म ਗਿਆਨੀ ਜੀ ਗੁਰਮਤ ਸਤ ਕਰ ਸਹਿਜ ਵਿਸਰਾਮ ਹੈ ਗੁਰਮਤ ਸਤ ਕਰ ਜੀਵਨ ਮੁਕਤ ਭੈ ਗੁਰਮਤ ਸਤ ਕਰ ਨਹਿ ਚਲਤਾਨ ਹੈ ਸੋ ਬੜੀ ਸਿੰਪਲ ਕਵਿਤ ਹੈ ਉਹਨਾਂ ਦਾ ਜੀ ਪਰ ਇਹਦਾ ਮੈਸੇਜ ਬੜਾ ਡੂੰਘਾ ਬੜਾ ਡੀਪ ਹੈ ਜੀ ਕਿ ਜੇ ਗੁਰੂ ਦੀ ਮਤ ਨੂੰ ਸੱਤ ਕਰਕੇ ਮੰਨ ਲਈਏ ਜੀ ਗੁਰੂ ਦੇ ਵਿਚਾਰਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਗੁਰੂ ਦੀ ਸਿੱਖਿਆ ਦੇ ਉੱਤੇ ਅਮਲ ਕਰਦੇ ਆਂ ਜੀਵਨ ਗੁਰੂ ਦੀ ਸਿੱਖਿਆ ਮੁਤਾਬਕ ਬਸਰ ਕਰੀਏ ਜੀ ਗੁਰਮਤ ਸੱਤ ਕਰ ਅਧਮ ਅਸਾਦ ਅਧਮ ਕਹਿੰਦੇ ਨੇ ਬਹੁਤ ਨੀਵਾਂ ਅਸਾਦ ਕਹਿੰਦੇ ਨੇ ਜਿਹੜਾ ਸਾਧੂ ਦਾ ਉਲਟ ਹੈ ਸਾਧ ਸਾਧੂ ਭਲੇ ਅਸਾਦ ਈਵਲ ਉਹ ਕਹਿੰਦੇ ਨੇ ਵੀ ਜੇ ਇੱਕ ਘਟੀਆ ਲੋਅਰ ਲੈਵਲ ਦਾ ਬੰਦਾ ਇੱਕ ਬਿਲਕੁਲ ਈਵਲ ਬੁਰੇ ਮਾਈਂਡ ਦਾ ਬੰਦਾ ਜਿਹਨੂੰ ਬੈਡ ਗਾਈ ਅਮਰੀਕਨ ਕਹਿੰਦੇ ਨੇ ਜੀ ਉਹ ਰੱਬ ਦੇ ਉੱਤੇ ਗੁਰੂ ਦੇ ਉੱਤੇ ਯਕੀਨ ਕਰਕੇ ਉਹਦੀ ਸਿੱਖਿਆ ਦੇ ਉੱਤੇ ਤੁਰਨ ਲੱਗ ਜਾਏ ਜੀਵਨ ਬਸਰ ਕਰੇ ਗੁਰਮਤ ਸਤ ਕਾਰਸ ਜੰਤ ਸੰਤ ਨਾਮ ਹੈ ਤੇ ਫੇਰ ਉਹ ਅਸਾਦ ਸਾਧ ਬਣ ਜਾਏਗਾ ਉਹ ਅਸੰਤ ਸੰਤ ਬਣ ਜਾਏਗਾ ਜੇ ਗੁਰੂ ਦੀ ਸਿੱਖਿਆ ਤੇ ਅਮੰਨਾ ਕਰੇ ਜੀ ਫਿਰ ਉਹ ਕਹਿੰਦੇ ਨੇ ਗੁਰਮਤ ਸਤ ਕਰ ਅਬਿਵੇਕੀ ਹੋਏ ਵਿਵੇਕੀ ਵਿਵੇਕ ਗਿਆਨਵਾਨ ਨੂੰ ਕਹਿੰਦੇ ਨੇ ਅਬਿਵੇਕ ਅਗਿਆਨੀ ਹੈ ਜੀ ਕਿ ਜੇ ਇੱਕ ਅਗਿਆਨੀ ਅਬਿਵੇਕੀ ਗੁਰੂ ਦੇ ਸਿੱਖਿਆ ਦੇ ਉੱਤੇ ਅਮੰਨਾ ਕਰਦਾ ਹੈ ਤਾਂ ਫਿਰ ਉਹ ਵਿਵੇਕੀ ਬਣ ਸਕਦਾ ਹੈ ਉਹ ਗਿਆਨਵਾਨ ਬਣ ਸਕਦਾ ਹੈ ਜੀ ਗੁਰਮਤ ਸਤ ਕਰ ਕਾਮ ਨਹਿ ਕਾਮ ਹੈ ਕਾਮ ਕਹਿੰਦੇ ਨੇ ਡਿਜ਼ਾਇਰ ਨੂੰ ਇਚਨ ਬਹੁਤ ਵਾਰ ਸਾਡੇ ਇੰਟਰਪ੍ਰੀਟਰ ਕਾਮ ਨੂੰ ਸਿਰਫ ਸੈਕਸ਼ੂਅਲ ਡਿਜ਼ਾਇਰ ਤੱਕ ਹੀ ਮ hạnੂਦ ਕਰਦੇ ਨੇ ਪਰ ਕਾਮ ਡਿਜ਼ਾਇਰਸ ਹੈ ਜਿਵੇਂ ਇਵਨ ਜਿਹੜਾ ਪੂਰਬ ਦਾ ਫਲਸਫਾ ਸੀ ਉਹਦੇ ਵਿੱਚ ਵੀ ਇਹ ਹੈ ਕਿ ਬੰਦਾ ਚਾਰ ਕਿਸਮ ਦੀਆਂ ਡਿਜ਼ਾਇਰਸ ਦੇ ਲਈ ਜਿਉਂਦਾ ਹੈ ਧਰਮ ਅਰਥ ਕਾਮ ਮੋਕਸ਼ ਜੀ ਸੋ ਉਹਦੇ ਵਿੱਚ ਵੀ ਕਾਮ ਜਿਹੜਾ ਉਹ ਡਿਜ਼ਾਇਰਸ ਨੇ ਇੱਛਾਵਾਂ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰਮਤ ਸਤ ਕਰ ਜੇ ਗੁਰਮਤ ਨੂੰ ਸਤ ਕਰਕੇ ਜਾਣ ਲੈ ਕਾਮ ਨਹਿ ਕਾਮ ਹੈ ਜਿਹੜੀਆਂ ਡਿਜ਼ਾਇਰਸ ਨੇ ਉਹ ਨਹਿ ਕਾਮ ਹੋ ਜਾਣਗੇ ਜੀ ਉਹਦੇ ਚੋਂ ਉਹ ਡਿਜ਼ਾਇਰਸ ਮੁੱਕ ਜਾਣਗੇ ਗੁਰਮਤ ਸਤ ਕਰ ਅਗਿਆਨੀ ਬ੍ਰਹਮ ਗਿਆਨੀ ਜੀ ਗੁਰਮਤ ਤੇ ਵਿਸ਼ਵਾਸ ਹੋਏ ਅਗਿਆਨੀ ਜਿਹੜਾ ਉਹ ਬ੍ਰਹਮ ਗਿਆਨੀ ਬਣ ਜਾਏਗਾ ਗੁਰਮਤ ਸਤ ਸਤ ਕਰ ਸਹਿਜ ਬਿਸਰਾਮ ਹੈ ਗੁਰੂ ਦੇ ਉੱਤੇ ਆਮਨ ਤੁਹਾਨੂੰ ਸਹਿਜ ਦੇ ਵਿੱਚ ਉਹ ਹਾਈਐਸਟ ਆ ਪਲੇਸ ਜਿੱਥੇ ਟ੍ਰਾਂਕਵਿਲਟੀ ਹੈ ਸਹਿਜ ਆ ਉਹਦੇ ਚ ਲੈ ਜਾਏਗੇ ਔਰ ਕਨਕਲੂਡ ਕਰਦੇ ਨੇ ਜੀ ਗੁਰਮਤ ਸਤ ਕਰ ਜੀਵਨ ਮੁਕਤ ਪਏ ਜੇ ਗੁਰੂ ਦੀ ਮਤ ਦੇ ਉੱਤੇ ਅਮੰਨਾ ਕਰਾਂਗੇ ਤੇ ਜੀਵਨ ਮੁਕਤ ਹੋ ਜਾਾਂਗੇ ਜਿਉਂਦਿਆਂ ਮੁਕਤੀ ਮਰਨ ਤੋਂ ਬਾਅਦ ਦੀ ਅਡੀਕ ਨਹੀਂ ਹੈ ਜੀ ਡਿਜ਼ਾਇਰਸ ਤੋਂ ਸਖਣੇ ਅਗਿਆਨ ਤੋਂ ਸਖਣੇ ਬੁਰੀਆਂ ਭਾਵਨਾਵਾਂ ਤੋਂ ਸਖਣੇ ਵਿਵੇਕੀ ਬਣ ਗਏ ਸਾਧੂ ਬਣ ਗਏ ਭਲੇ ਬਣ ਗਏ ਗੁਰਮਤ ਸਤ ਕਰ ਸਤ ਕਰ ਜੀਵਨ ਮੁਕਤ ਹੈ ਗੁਰਮਤ ਸਤ ਕਰ ਨੇਚਰਲ ਧਾਮ ਹੈ ਨੈਚਰਲ ਧਾਮ ਹੈ ਹਾਈਐਸਟ ਰੈਲਮ ਜੀ ਜਿਹਨੂੰ ਸਹਿਜ ਚੌਥਾ ਪਦ ਜੀ ਜੀ ਕਹਿੰਦੇ ਨੇ ਭਾਈ ਗੁਰਦਾਸ ਜੀ ਇਹ ਫਰਮਾਉਂਦੇ ਨੇ ਕਿ ਉਸ ਦੇ ਨਾਲ ਤੁਸੀਂ ਉਸ ਚੌਥੇ ਪਦ ਨੂੰ ਪ੍ਰਾਪਤ ਕਰ ਲੈਂਦੇ ਹੋ ਜਿੱਥੇ ਕੋਈ ਹਰਕਤ ਨਹੀਂ ਹੈ ਕੋਈ ਸੋਗ ਨਹੀਂ ਹੈ ਕੋਈ ਗਮ ਨਹੀਂ ਹੈ ਉੱਥੇ ਸਦਾ ਹੀ ਆਨੰਦ ਹੈ ਤੇ ਭਗਤ ਰਵਦਾਸ ਜੀ ਯਾਦ ਕਰਵਾਉਂਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਉਂ ਦੁੱਖ ਅੰਧੋ ਨਹੀਂ ਤੈ ਠਾਓ ਇਹ ਉਹ ਥਾਂ ਹੈ ਜਿੱਥੇ ਨਾ ਦੁੱਖ ਹੈ ਨਾ ਦੇਸ ਹੈ ਜੀ ਅਬ ਹਮ ਖੂਬ ਵਤਨ ਗਏ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਜੀ ਸੋ ਉਸ ਅਵਸਥਾ ਨੂੰ ਗੁਰੂ ਦੇ ਉੱਤੇ ਵਿਸ਼ਵਾਸ ਸਾਨੂੰ ਲੈ ਜਾਂਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਵੀਰ ਤੁਹਾਡੇ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਹਮਣੂ ਸਾਨੂੰ ਆਪਣੇ رائے ਤੇ ਸੁਝਾਅ ਪੇ ਦਿੱਤੇ ਇਸੇ ਤਰ੍ਹਾਂ ਪੇ ਦੇਣਾ ਸਾਡੇ ਇਸਪਤ ਤੇ ਐਸਓ ਐਸ ਐਟ ਟੀ ਵੀ ਜੀ 4.ਟੀ ਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਵਾਇਕੁਰ ਜੀ ਕਾਲਸਾ ਵਾਇਕੁਰ ਜੀ ਕੀ ਫਤਹਿ